ਮਾਸ਼ਾਅੱਲਾ ਗੋਜ਼ਲਾਕ ਬਾਗ ਸਾਡੇ ਬੜੇ ਸੋਹਣੇ ਬਣੇ ਨੇ, ਬੜਾ ਖੂਬਸੂਰਤ ਇਹਨਾਂ ਦਾ ਕਲਰ ਹੈ, ਵੇਖ ਸਕਦੇ ਹੋ ਤੇ ਬੜੀ ਅੱਛੀ ਇਹਨਾਂ ਦੀ ਲੁੱਕ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮ ਅਲੈਕੁਮ। ਅਸੀਂ ਬੋਲਣ ਡਏ ਹਾਂ ਨੂਰੀ ਦੇ ਕਿਚਨ 'ਚੋਂ, ਅਤੇ ਅਸੀਂ ਅੱਜ ਬਣਾਉਣ ਲੱਗੇ ਹਾਂ ਗੋਜ਼ਲਾ ਕਬਾਬ। ਰਮਜ਼ਾਨ ਸ਼ਰੀਫ ਆ ਰਿਹਾ, ਰਮਜ਼ਾਨ ਸ਼ਰੀਫ ਦੇ ਵਿੱਚ ਜਿਹੜੀਆਂ ਚਟਪਟੇ ਵਾਲੀਆਂ ਚੀਜ਼ਾਂ ਨੇ, ਜਦੋਂ ਰੋਜ਼ਾ ਰੱਖਿਆ ਹੋਵੇ ਅਤੇ ਮੂੰਹ ਬਿਲਕੁਲ ਫਿੱਕਾ ਫਿੱਕਾ ਹੋਇਆ ਹੁੰਦਾ, ਅਤੇ ਚਟਪਟੀਆਂ ਚੀਜ਼ਾਂ ਜਿੰਨੀ ਦੇਰ ਨਾ ਦਸਤਰਖਾਨ ਦੇ ਉੱਤੇ ਹੋਣ ਅਤੇ ਖਾਣੇ ਦਾ ਮਜ਼ਾ ਨਹੀਂ ਆਉਂਦਾ। ਇਹਦੇ ਵਿੱਚ ਅਸਾਂ ਦੋ ਲਸਣ, ਇੱਕ ਲਸਣ ਦੀ ਕਲੀ ਅਸੀਂ ਕੱਟ ਕੇ ਪਾ ਲਵਾਂਗੇ। ਲਸਣ ਸਾਡਾ ਹਲਕਾ ਜਿਹਾ ਬਰਾਉਨ ਹੋ ਗਿਆ, ਅਤੇ ਇਹਦੇ ਵਿੱਚ ਅੱਧਾ ਚਮਚ ਖਾਣੇ ਵਾਲਾ ਅਸੀਂ ਜ਼ੀਰੇ ਦਾ ਪਾ ਦੇਵਾਂਗੇ, ਅਤੇ ਅੱਧਾ ਚਮਚ ਅਸੀਂ ਅਜਵਾਇਣ ਦਾ ਪਾ ਦੇਵਾਂਗੇ, ਅਤੇ ਦੋ ਮਿੰਟ ਵਾਸਤੇ ਰੋਸਟ ਹੁੰਦੇ ਨੇ। ਅਤੇ ਸਾਰ ਨਾਲ ਪੱਲੂ ਜਿਹੜਾ ਨਾ ਸਬਜ਼ ਮਿਰਚਾਂ ਨੇ ਸਾਡੇ ਕੋਲ ਦੋ ਕੱਟੀਆਂ, ਅਸੀਂ ਇਹ ਵੀ ਪਾ ਦੇਵਾਂਗੇ। ਇਹਦੇ ਵਿੱਚ ਇੱਕ ਚਮਚ ਜਿਹੜਾ ਸਾਡੇ ਕੋਲ ਸੁੱਕਾ ਧਨੀਆ ਹੋਣਾ, ਅਸੀਂ ਹੱਥਾਂ ਦੇ ਵਿੱਚ ਮਲ ਕੇ ਅਤੇ ਅਸੀਂ ਇਹ ਵੀ ਪਾ ਦੇਵਾਂਗੇ। ਅੱਧਾ ਚਮਚ ਅਸੀਂ ਪਾਵਾਂਗੇ ਲਾਲ ਮਿਰਚ, ਮਿਰਚ ਮਸਾਲੇ ਜਿਹੜੇ ਨੇ ਅਸੀਂ ਬਿਲਕੁਲ ਘਰ ਵਿੱਚ ਇਸਤੇਮਾਲ ਕਰਾਂਗੇ। ਅੱਧਾ ਚਮਚ ਅਸੀਂ ਹਲਦੀ ਦਾ ਪਾਵਾਂਗੇ, ਅੱਧਾ ਚਮਚ ਅਸੀਂ ਪਾਵਾਂਗੇ ਨਮਕ ਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੋ ਮਿੰਟ ਵਾਸਤੇ ਅਸੀਂ ਭੁੰਨਾਂ ਦੇ ਭੁੰਨ ਕੇ, ਅਤੇ ਸਾਡੇ ਕੋਲ ਇੱਕ ਗਾਜਰ ਹੀ ਉਹ ਸਾਨੂੰ ਕੱਦੂਕਸ਼ ਕੀਤੀ ਹੈ, ਅਤੇ ਦੋ ਤੋਂ ਤਿੰਨ ਖਾਣੇ ਵਾਲੇ ਚਮਚ ਜਿਹੜੇ ਹੋਣੇ ਨੇ ਬੰਦ ਗੋਭੀ ਦੇ ਨੇ, ਉਹ ਵੀ ਅਸੀਂ ਵਿੱਚ ਪਾ ਦੇਵਾਂਗੇ। ਦੋ ਤੋਂ ਤਿੰਨ ਮਿੰਟ ਹੋ ਗਏ ਨੇ ਸਾਨੂੰ ਸਬਜ਼ੀਆਂ ਨੂੰ ਭੁੰਨਦਿਆਂ ਨੂੰ, ਅਤੇ ਅਸਾਂ ਇਹਨਾਂ ਨੂੰ ਬਹੁਤਾ ਬੁਲਾਰਾ ਵੀ ਨਹੀਂ ਹੈ। ਅਤੇ ਇਹਦੇ ਵਿੱਚ ਚਾਰ ਆਲੂ ਨੇ ਸਾਡੇ ਕੋਲ, ਉਹ ਅਸਾਂ ਉਬਾਲ ਕੇ ਚੰਗੀ ਤਰ੍ਹਾਂ ਠੰਡੇ ਕਰਕੇ, ਅਤੇ ਅਸਾਂ ਇਹਨਾਂ ਦਾ ਨਾ ਕੱਦੂਕਸ਼ ਅਸਾਂ ਇਹਨਾਂ ਨੂੰ ਕਰ ਲਿਆ ਵੇ। ਇਹਨਾਂ ਨੂੰ ਅਸਾਂ ਸਹੀ ਤਰ੍ਹਾਂ ਮਿਕਸ ਕਰ ਲਿਆ ਵੇ, ਅਤੇ ਇਹਦੇ ਵਿੱਚ ਸੁੱਕਾ ਸਬਜ਼ ਧਨੀਆ ਸਾਡੇ ਕੋਲ ਕੱਟੇ ਆ, ਅਸੀਂ ਇਹ ਵੀ ਪਾ ਦੇਵਾਂਗੇ, ਅਤੇ ਪਾ ਕੇ ਅਤੇ ਚੁੱਲ੍ਹੇ ਦੇ ਉੱਤੇ ਥੱਲੇ ਫਰਾਈਪੈਨ ਨੂੰ ਲਾ ਲਵਾਂਗੇ, ਅਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਠੰਡਾ ਕਰ ਲਵਾਂਗੇ। ਠੰਡਾ ਕਰਕੇ ਅਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਗੋਜ਼ਲਾ ਕਬਾਬ ਨੇ ਅਸੀਂ ਉਹ ਬਣਾਵਾਂਗੇ। ਜਿੰਨੀ ਦੇਰ ਸਾਡਾ ਮਟੀਰੀਅਲ ਕੋਲ ਠੰਡਾ ਹੁੰਦਾ ਹੈ, ਸਾਡੇ ਕੋਲ ਇੱਕ ਅੰਡਾ ਹੋਵੇ, ਅਤੇ ਅੰਡੇ ਨੂੰ ਅਸੀਂ ਸਹੀ ਤਰ੍ਹਾਂ ਫੈਂਟ ਲਵਾਂਗੇ। ਇਹਦੇ ਵਿੱਚ ਥੋੜ੍ਹਾ ਸਾਰਾ ਅਸੀਂ ਨਮਕ ਅਤੇ ਲਾਲ ਮਿਰਚ ਪਾਵਾਂਗੇ। ਚੁੱਲ੍ਹੇ ਦੇ ਉੱਤੇ ਕੜਾਹੀ ਅਸਾਂ ਰੱਖ ਲਈਏ, ਅਤੇ ਅਸੀਂ ਕੋਲ ਆਇਲ ਪਾ ਕੇ ਰੱਖ ਲੈਂਦੇ ਹਾਂ, ਆਇਲ ਸਾਡਾ ਜਿੰਨੀ ਦੇਰ ਗਰਮ ਹੁੰਦਾ, ਅਤੇ ਫਿਰ ਅਸੀਂ ਕੋਲ ਕਬਾਬ ਜਿਹੜੇ ਨੇ ਉਹ ਬਣਾ ਲਵਾਂਗੇ। ਮਟੀਰੀਅਲ ਸਾਡਾ ਠੰਡਾ ਹੋ ਗਿਆ, ਅਤੇ ਆਂਡਾ ਵੀ ਅਸਾਂ ਫੈਂਟ ਲਿਆ, ਅਤੇ ਅਸੀਂ ਹੁਣ ਇਹਨਾਂ ਦੇ ਜਿਹੜੇ ਕਬਾਬ ਨੇ ਅਸੀਂ ਉਹ ਬਣਾਵਾਂਗੇ। ਇਹਨਾਂ ਨੂੰ ਸਹੀ ਤਰ੍ਹਾਂ ਸਾਈਡਾਂ ਜਿਹੜੀਆਂ ਨੇ, ਇਹਨਾਂ ਦੇ ਜਿਹੜੇ ਕਿਨਾਰੇ ਨੇ, ਸਹੀ ਤਰ੍ਹਾਂ ਇਹਨਾਂ ਨੂੰ ਬੰਦ ਕਰਿਆ ਜੇ। ਇਹ ਸ਼ੇਪ ਦੇ ਅਸੀਂ ਸਾਰੇ ਬਣਾ ਲੈਂਦੇ ਹਾਂ, ਬਣਾ ਕੇ ਦੂਸਰਾ ਵੀ ਅਸੀਂ ਇੰਝ ਹੀ ਬਣਾ ਲਵਾਂਗੇ। ਇਹਨਾਂ ਦੇ ਕਿਨਾਰੇ ਸਹੀ ਤਰ੍ਹਾਂ ਬੰਦ ਕਰਿਆ ਜੇ, ਜਿਹੜੇ ਵਿੱਚ ਜਾ ਕੇ ਕੜਾਹੀ ਦੇ ਵਿੱਚ ਜਾ ਕੇ ਆਇਲ ਦੇ ਵਿੱਚ ਜਾ ਕੇ ਇਹ ਖੁੱਲ੍ਹਣ ਨਾ, ਅਤੇ ਵਿੱਚ ਫੈਲ ਨਾ ਜਾਣ ਆਇਲ ਦੇ। ਬਾਕੀ ਦੇ ਸਾਰੇ ਵੀ ਜਿਹੜੇ ਨੇ ਅਸੀਂ ਇੰਝ ਹੀ ਬਣਾ ਲਵਾਂਗੇ। ਕਬਾਬ ਮਾਸ਼ਾਅੱਲਾ ਅਸਾਂ ਸਾਰੇ ਬਣਾ ਲੈਂਦੇ। ਅਸੀਂ ਹੁਣ ਸਾਡੇ ਕੋਲ ਅੰਡਾ, ਅੰਡੇ ਦੇ ਵਿੱਚ ਅਸੀਂ ਲਾਵਾਂਗੇ ਲਾ ਕੇ, ਅਤੇ ਸਾਡੇ ਕੋਲ ਸੇਵੀਆਂ ਨੇ, ਸੇਵੀਆਂ ਦੇ ਅਸੀਂ ਵਿੱਚ ਇਹਨਾਂ ਨੂੰ ਕਰਾਂਗੇ। ਸੇਵੀਆਂ ਦੇ ਵਿੱਚ ਚੰਗੀ ਤਰ੍ਹਾਂ ਅਸੀਂ ਇਹਨਾਂ ਦੀ ਕੋਟਿੰਗ ਕਰ ਲਵਾਂਗੇ ਦੋਵਾਂ ਸਾਈਡਾਂ ਦੇ ਉੱਤੋਂ, ਅਤੇ ਚਾਰ ਚਫੇਰੇ ਵੀ ਮਿਲ ਸਕਦੇ ਹੋ। ਇੰਝ ਹੀ ਪੱਕਦੇ ਸਾਰਿਆਂ ਨੂੰ ਵੀ ਅਸੀਂ ਲਾ ਲਵਾਂਗੇ, ਲਾ ਕੇ ਅਤੇ ਫਿਰ ਬਾਅਦ 'ਚ ਅਸੀਂ ਮਿਲਦੇ ਹਾਂ। ਸਾਰੇ ਜਿਹੜੇ ਸਾਡੇ ਕਬਾਬ ਨੇ ਸਾਨੂੰ ਅੰਡੇ ਅਤੇ ਸੇਵੀਆਂ ਦੀ ਸਭ ਕੋਟਿੰਗ ਕਰ ਲਈਏ, ਅਤੇ ਹੁਣ ਅਸੀਂ ਇਹਨੂੰ ਫਰਾਈ ਕਰਨੇ ਹਾਂ।
ਜਿੰਨੀਆਂ ਕੁ ਕੜਾਹੀ ਦੇ ਵਿੱਚ ਈਜ਼ੀ ਆ ਆਰਾਮ ਨਾਲ ਉਹਨੇ ਉਹਨਾਂ ਨੂੰ ਫਰਾਈ ਕਰਿਆ ਜੇ ਆਪਸ ਵਿੱਚ ਜੋੜ ਨਾ ਜਾਣ ਸਾਰੀਆਂ ਅਤੇ ਇਹਨਾਂ ਨੂੰ 2 ਤੋਂ 3 ਮਿੰਟ ਵਾਸਤੇ ਇਹਨਾਂ ਦਾ ਟਾਈਮ ਹੈ। ਚੀਜ਼ਾਂ ਸਾਰੀਆਂ ਪੱਕੀਆਂ ਨੇ, ਸਿਰਫ ਅੰਡਾ ਅਤੇ ਸੇਵੀਆਂ ਨੂੰ ਅਸਾਂ ਬੜਾ ਕਲਰ ਦੇਣਾ ਹੈ। ਤੁਹਾਡੇ ਸਾਹਮਣੇ ਚੀਜ਼ਾਂ ਸਾਰੀਆਂ ਨੂੰ ਅਸਾਂ ਪਕਾਏ ਆ, ਪਕਾ ਕੇ ਅਤੇ ਫਿਰ ਅਸੀਂ ਬਣਾਈਆਂ ਨੇ ਅਤੇ ਬਸ ਅਸਾਂ ਇਹਨਾਂ ਨੂੰ ਬੜਾ ਕਲਰ ਹੀ ਦੇਣਾ। 2 ਮਿੰਟ ਹੋ ਗਏ ਨੇ ਸਾਨੂੰ ਫਰਾਈ ਕਰਦਿਆਂ ਅਤੇ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਅਤੇ 2 ਮਿੰਟ ਵਾਸਤੇ ਅਸੀਂ ਦੂਸਰੀ ਸਾਈਡ ਤੋਂ ਫਰਾਈ ਕਰਾਂਗੇ। ਮਾਸ਼ਾਅੱਲਾ ਧੋਂਦੀਆਂ ਕਬਾਬ ਜਿਹੜੇ ਨੇ ਸਾਡੇ ਤਿਆਰ ਹੋ ਗਏ ਨੇ, ਅਸੀਂ ਇਹਨਾਂ ਨੂੰ ਬਰਤਨ 'ਚ ਕੱਢ ਲਵਾਂਗੇ। ਬਾਕੀ ਦੇ ਜਿਹੜੇ ਵੇਲੇ ਉਹ ਵੀ ਅਸੀਂ ਉਹਦੀ ਫਰਾਈ ਕਰ ਲਵਾਂਗੇ। ਮਾਸ਼ਾਅੱਲਾ ਵੇਖ ਸਕਦੇ ਹੋ ਕਿੰਨਾ ਅੱਛਾ ਕਲਰ ਹੈ, ਕਿੰਨੀ ਅੱਛੀ ਇਹਨਾਂ ਦੀ ਲੁੱਕ ਹੈ। ਬਾਪ ਸਾਡੇ ਮਾਸ਼ਾਅੱਲਾ ਇਹ ਵੀ ਫਰਾਈ ਹੋ ਗਏ ਨੇ, ਅਸੀਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਹੁਣ ਅਤੇ 2 ਮਿੰਟ ਵਾਸਤੇ ਅਸੀਂ ਇਸ ਸਾਈਡ ਤੋਂ ਵੀ ਅਸੀਂ ਇਹਨੂੰ ਕਲਰ ਦੇਵਾਂਗੇ। ਮਾਸ਼ਾਅੱਲਾ ਘੋਸਲਾ ਕਬਾਬ ਸਭ ਬਣਾ ਲਏ ਨੇ, ਬਣਾ ਕੇ ਸਾਨੂੰ ਤਿਆਰ ਕਰ ਲਏ ਨੇ ਅਤੇ ਵੇਖ ਸਕਦੇ ਹੋ ਬੜਾ ਅੱਛਾ ਇਹਨਾਂ ਦਾ ਕਲਰ ਹੈ ਅਤੇ ਬੜੀ ਅੱਛੀ ਇਹਨਾਂ ਦੀ ਲੁੱਕ ਹੈ। ਅਤੇ ਰਮਜ਼ਾਨ ਸਪੈਸ਼ਲ ਵਾਸਤੇ ਅਸੀਂ ਇਹ ਜਿਹੜੇ ਰੈਸਪੀਆਂ ਨੇ ਅਸੀਂ ਬਣਾਉਂਦੇ ਹਾਂ, ਫਿਰ ਤੁਸੀਂ ਬਣਾਓ ਅਤੇ ਟਰਾਈ ਕਰੋ ਅਤੇ ਜੇ ਸਾਡੀ ਰੈਸਪੀ ਤੁਹਾਨੂੰ ਪਸੰਦ ਆਏ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅਤੇ ਤੁਹਾਡੀ ਕੀ ਰਿਕੁਐਸਟ ਹੈ ਕਿ ਸਾਡੀ ਵੀਡੀਓ ਨੂੰ ਪੂਰੀ ਨੂੰ ਸ਼ੁਰੂ ਤੋਂ ਲੱਗ ਕੇ ਆਖਰ ਤੱਕ ਵੇਖਿਆ ਕਰੋ ਅਤੇ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ, ਲਾਈਕ, ਸ਼ੇਅਰ ਕਰੋ। ਸਾਨੂੰ ਅਤੇ ਸਾਡੇ ਕੈਮਰਾਮੈਨ ਨੂੰ ਇਜਾਜ਼ਤ ਦਿਓ। ਆਪਣੀਆਂ ਦੁਆਵਾਂ ਯਾਦ ਰੱਖੋ। ਠੀਕ ਹੈ, ਅੱਲਾਹ।